ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਹੁਣ ਜਿਹੜਾ ਪਾਣੀ ਹੈ ਉਹ ਉੱਤਰਨ ਲੱਗ ਗਿਆ ਸਾਰਾ, ਠੀਕ ਹੈ। ਅਤੇ ਅੱਜ ਪਾਣੀ ਉੱਤਰ ਚੁੱਕਿਆ ਸੀ ਕਾਫੀ ਜ਼ਿਆਦਾ, 5-6 ਫੁੱਟ ਪਾਣੀ ਉੱਤਰ ਗਿਆ। ਅਤੇ ਫਿਰ ਹੁਣ ਆਪਾਂ ਜਾਂਦੇ ਹਾਂ ਦੁੱਧ ਲੈਣ, ਠੀਕ ਹੈ। ਅਤੇ ਇੱਕ ਵਾਰੀ ਜਿਹੜਾ ਇੱਧਰੋਂ ਪਿੰਡ 'ਚ ਆਪਾਂ ਲੈ ਜਾਂਦੇ ਉਹ ਤਾਂ ਪਾਣੀ ਠੀਕ ਹੈ ਹਾਲੇ, ਠੀਕ ਹੈ। ਉੱਧਰੋਂ ਜ਼ਮੀਨ ਸਾਫ਼ ਹੋ ਗਿਆ, ਅਤੇ ਇੱਧਰ ਜਿਹੜਾ ਸੜਕਾਂ ਨੇ ਜੱਖ ਜਾਣ ਲੀਆਂ, ਠੀਕ ਹੈ, ਉਹ ਬਹੁਤ ਖਰਾਬ ਨੇ, ਠੀਕ ਹੈ। ਫਿਰ ਹੁਣ ਸਵੇਰੇ ਮੈਂ ਦੇਖ ਕੇ ਆਏ ਸੀ ਅਤੇ ਉਦੋਂ ਪਾਣੀ ਬਹੁਤ ਸੀ, ਠੀਕ ਹੈ। ਅਤੇ ਪਾਣੀ ਉੱਤਰ ਲੱਗ ਰਿਹਾ ਸੀ, ਮੈਂ ਚੱਲ ਸ਼ਾਮ ਨੂੰ ਫਿਰ ਗੇੜਾ ਮਾਰਾਂਗੇ। ਹੁਣ ਮੈਂ ਸ਼ਾਮ ਨੂੰ ਜਾਂਦਾ ਗੇੜਾ ਮਾਰਨ, 5:30 ਹੋ ਗਏ ਅਤੇ ਆਪਾਂ 6 ਵਜੇ ਦੁੱਧ ਲੈ ਜਾਵਾਂਗੇ ਅੱਜ, ਠੀਕ ਹੈ, ਉਹੀ ਟਾਈਮ ਜਿਹੜਾ ਪੁਰਾਣਾ ਟਾਈਮ ਆਪਣਾ। ਅਤੇ ਹੁਣ ਆਪਾਂ ਜਾਂਦੇ ਹਾਂ ਸੜਕਾਂ ਦਾ ਹਾਲ ਦੇਖ ਕੇ ਆਉਂਦੇ ਹਾਂ ਕੀ ਹੋ ਰਿਹਾ, ਠੀਕ ਹੈ। ਇੱਕ ਪਾਸਾ ਜਮੀਨ ਇੱਧਰੋਂ ਇੱਧਰੋਂ ਬੰਨ ਤੋੜਿਆ, ਜਿੱਦੋਂ ਜਮੀਨ ਟੁੱਟੀ ਪਈ ਹੈ ਸੜਕ, ਦੂਜੇ ਪਾਸੇ ਪਾਣੀ ਹੈ, ਸੋ ਦੋਨੋਂ ਸੜਕਾਂ ਦੇਖ ਕੇ ਆਵਾਂਗੇ, ਠੀਕ ਹੈ। ਸੋ ਵੀ ਪਾਣੀ ਨੇ ਕੀ ਨੁਕਸਾਨ ਕੀਤਾ ਹੈ ਨਾ ਸੜਕਾਂ ਦਾ, ਵੈਸੇ ਬੁਰਾ ਹੀ ਹਾਲ ਹੈ, ਠੀਕ ਹੈ। ਬਾਕੀ ਆਪਾਂ ਚੱਲਦੇ ਹਾਂ ਦੇਖ ਕੇ ਆਵਾਂਗੇ, ਠੀਕ ਹੈ। ਸੋ ਅੱਜ ਦੁੱਧ ਲੈਣ ਵੀ ਜਾਵਾਂਗੇ, 2 ਦਿਨ ਹੋ ਗਏ ਦੁੱਧ ਦਾ ਕੰਮ ਬੰਦ ਕਰ ਰੱਖਿਆ, ਕਿਉਂਕਿ ਜਦੋਂ ਮੈਂ ਦੁੱਧ ਲੈ ਕੇ ਆਉਂਦਾ ਉਹਦਾ ਰਾਸਤਾ ਠੀਕ ਸੀ ਹੈ ਨਾ ਜਾਣ ਦਾ, ਅਤੇ ਜਿੱਧਰ ਮੈਂ ਦੁੱਧ ਪਾ ਕੇ ਆਉਂਦਾ ਜਾਖਲ, ਉਹ ਦੋਨੇ ਰਾਸਤੇ ਖਰਾਬ ਹੋਏ ਪਏ ਸੀ, ਠੀਕ ਹੈ। ਹੁਣ ਚੱਕ ਕੇ ਰੱਖਾਂ ਦੀ ਕਲੈਟ ਨਹੀਂ ਆਉਂਦੀ ਤੀ, ਤਾਂ ਕਿ ਦੁੱਧ ਖਰਾਬ ਵੀ ਹੋ ਜਾਂਦਾ ਸੀ, ਇਸ ਕਰਕੇ ਮੈਂ ਲੈਣ ਨਹੀਂ ਗਿਆ। ਸੋ ਹੁਣ ਆਪਾਂ ਜਾਂਦੇ ਹਾਂ, ਅੱਜ ਸ਼ਾਮ ਨੂੰ ਜਾਵਾਂਗੇ ਮੰਡੀ ਦੁੱਧ ਪਾਉਣ। ਸੋ ਹੁਣ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਰਾਸਤੇ। ਪਹਿਲੀ ਨਹੀਂ ਹੁੰਦੇ ਹੈਗੇ ਸੜਕਾਂ ਲੋਕਾਂ ਦੇ। ਚਲੋ ਸੜਕ ਤੋੜੀਏ ਵੀ ਜਿਹੜਾ ਆਹ ਪਾਣੀ ਹੈ ਸਾਰਾ, ਦੇਖੋ ਇੱਧਰ ਜਾਵੇ, ਕਿਉਂਕਿ ਇੱਧਰ ਨਿਮਾਨ 'ਚ ਪਾਣੀ ਹੈ, ਇਹ ਪਾਣੀ ਨਿਕਲੂਗਾ ਨਹੀਂ ਕਦੇ, ਠੀਕ ਹੈ। ਬਹੁਤ ਟਾਈਮ ਲੱਗ ਜਾਣਾ ਸੁੱਕਣ 'ਚ, ਤਾਂ ਇਹਨੂੰ ਐਵੇਂ ਇਹਦਾ ਪਾਣੀ ਹੁਣ ਇੱਧਰ ਕੱਢਿਆ ਜਾ ਰਿਹਾ ਸਾਰਾ, ਇਹ ਪਾਣੀ ਹੁਣ ਇੱਧਰ ਜਾਵੇ ਅਤੇ ਇਹ ਸਿੱਧੀ ਪਾਣੀ ਡਿੱਗੂਗਾ ਨਾਲੀ 'ਚ। ਆਹ ਦੇਖੋ ਅੰਦਰ ਸੜਕ ਤੋੜੀ ਹੈ, ਇੱਧਰ ਸੈਲਰ ਦੀ ਕੰਧ ਡਿੱਗੀ ਸਾਰੀ, ਸੋ ਨੁਕਸਾਨ ਬਹੁਤ ਹੋਇਆ। ਦੇਖੋ ਇੱਧਰੋਂ ਕੋਈ ਰਾਸਤਾ ਹੀ ਨਹੀਂ ਬਣਦਾ, ਕਿਉਂਕਿ ਇੱਧਰ ਪਤਾ ਹੀ ਨਹੀਂ ਲੱਗਦਾ ਵੀ ਸੜਕ ਕਿੱਥੇ ਹੈ, ਹੈ ਨਾ, ਕਿਉਂਕਿ ਕਾਲਾ ਪਾਣੀ ਹੈ ਜਿਹੜਾ ਥੱਲਾ ਸੜਕਦਾ ਉਹ ਦਿਖਦਾ ਹੀ ਨਹੀਂ ਹੈਗਾ, ਤਾਂ ਕਰਕੇ ਇੱਧਰ ਕੋਈ ਜਾਣ ਦਾ ਰਿਸਕ ਨਹੀਂ ਲੈਂਦਾ ਹੈਗਾ। ਇੱਧਰ ਆਲੂ ਸਟੋਰ ਆ ਗਿਆ, ਇਹ ਵੀ ਫੁੱਲ ਭਰ ਗਏ ਜਮਾਂ। ਸੋ ਜਿਹੜਾ ਵੀ ਇੱਧਰ ਮੇਨ ਰੋਡ ਆਉਣ ਦੀ ਸੋਚ ਰਿਹਾ, ਸੋ ਜੇ ਉਹ ਵੀਡੀਓ ਦੇਖ ਰਿਹਾ ਤਾਂ ਉਹ ਇੱਧਰ ਨਾ ਆਵੇ, ਕਿਉਂਕਿ ਇੱਧਰ ਲੰਘਣ ਦਾ ਕੋਈ ਰਾਸਤਾ ਨਹੀਂ ਹੈਗਾ, ਠੀਕ ਹੈ ਨਾ। ਆਹ ਦੇਖੋ ਇੱਥੇ ਰਾਸਤਾ ਖਤਮ ਹੋ ਜਾਂਦਾ, ਕਿਉਂਕਿ ਇਸ ਤੋਂ ਬਾਅਦ ਉਰੇ ਵੀ ਬਹੁਤ ਵੱਡਾ ਪਹਾੜ ਖੁੱਲ ਰਿਹਾ, ਅਤੇ ਆਹ ਕਮ ਸੇ ਕਮ 5 ਫੁੱਟ ਡੂੰਘਾ ਪਿਆ ਹਾਲੇ ਵੀ। ਆਹ ਦੇਖੋ ਇਸ ਤੋਂ ਬਾਅਦ ਕੋਈ ਰਿਸਕ ਲੈਂਦਾ ਹੀ ਨਹੀਂ ਜਾਂਦਾ, ਕਿਉਂਕਿ ਇੱਧਰ ਨੀਵਾਂ ਬਹੁਤ ਹੈ ਅਤੇ ਪਤਾ ਨਹੀਂ ਕਿੰਨਾ ਡੂੰਘਾ ਹੋਣਾ, ਹੈ ਨਾ, ਅਤੇ ਗੰਦਾ ਪਾਣੀ ਜਾਂ ਸੱਪ ਸੁੱਪ ਬੜੇ ਫਿਰਦੇ ਨੇ ਅੱਜ ਕੱਲ੍ਹ। ਅਤੇ ਬਾਕੀ ਇੱਧਰ ਦੇਖ ਲਓ ਤੁਸੀਂ, ਪਾਣੀ ਪਾਣੀ ਹੋ ਰਿਹਾ ਚਾਰੇ ਪਾਸੇ। ਸੋ ਇੱਧਰ ਕੋਈ ਆਈ ਵੀ ਨਾ ਜੀ, ਮੇਨ ਰੋਡ ਦਾ ਬਹੁਤ ਬੁਰਾ ਹਾਲ ਹੋ ਰਿਹਾ, ਅੱਗੇ ਤੱਕ ਐਂ ਹੀ ਹੈ ਹਾਲ, ਦੂਰ ਤੱਕ ਠੀਕ ਹੈ ਦਿਖਦਾ ਨਹੀਂ ਗਾ। ਆਹ ਦੇਖੋ ਹੁਣ ਆਪਾਂ ਦੂਜੇ ਰੋਡ ਜਾ ਕੇ ਆਉਂਦੇ, ਕਿਉਂਕਿ ਇਹ ਰੋਡ ਤਾਂ ਜਾਣਾ ਹੀ ਨਹੀਂ। ਪਹਿਲਾਂ ਉਹ ਸੜਕ ਉੱਥੋਂ ਠੀਕ ਤੀ, ਫਿਰ ਇਹ ਹੁਣ ਪਾਣੀ ਕਰੋਸ ਨਹੀਂ ਹੋ ਰਿਹਾ ਤੀ, ਤਾਂ ਕਰਕੇ ਪਿੰਡ ਵਾਲੇ ਸੜਕ ਪੱਟਦੀ ਵੀ ਪਾਣੀ ਇੱਧਰ ਇੱਧਰਲਾ ਪਾਣੀ ਇੱਧਰ ਨਿਕਲ ਜੇ ਨਾਲੀ 'ਚ। ਹੁਣ ਆਪਾਂ ਉੱਧਰ ਜਾਂਦੇ ਹਾਂ ਪਰਲੇ ਪਾਸੇ, ਉਹ ਦੇਖ ਕੇ ਸੜਕ ਕਿਵੇਂ ਬਣਦੀ ਹੈ। ਸਵੇਰੇ ਗਿਆ ਤੀ ਉੱਥੇ ਨਾ, ਮਤਲਬ ਸੈਂਸਰ ਡੁੱਬਣ ਲੱਗ ਰਿਹਾ ਸੀ ਮੋਟਰਸਾਈਕਲ ਦਾ, ਅਤੇ ਫਿਰ ਸੈਂਸਰ ਡੁੱਬ ਜਾਏ ਫਿਰ ਮੋਟਰਸਾਈਕਲ ਬੰਦ ਹੋ ਜਾਂਦਾ, ਅਤੇ ਦੁੱਧ ਵਾਲਾ ਤਾਂ ਉਹ ਵੀ ਬਹੁਤ ਹੈਵੀ ਹੁੰਦਾ, ਤਾਂ ਕਰਕੇ ਮੈਂ ਸਵੇਰੇ ਰਿਸਕ ਨਹੀਂ ਲਿਆ। ਪਰ ਹੁਣ ਦੇਖਦੇ ਹਾਂ ਜਾ ਕੇ ਸਮਝਦਾ ਹੋਇਆ ਨਾ, ਤਾਂ ਫਿਰ ਆਪਾਂ ਵੀ ਲੰਘਾਵਾਂਗੇ ਸ਼ਾਮ ਨੂੰ। ਫੈਕਟਰੀ ਦਾ ਸਮਾਨ ਵੀ ਦੁਬਾਰਾ ਰੱਖਣਾ ਸਟਾਰਟ ਕਰਤਾ ਅੰਦਰ, ਸਾਰੀ ਸੂਰੀ ਸਫਾਈ ਸਫੂਈ ਕਰਕੇ ਫੈਕਟਰੀ ਦੀ। ਆਹ ਦੇਖੋ ਜੀ ਇੱਧਰ ਦਾ
ਬਸ ਅਤੇ ਵਿਚਾਲੇ ਟੋਏ ਨੇ ਥੋੜ੍ਹੇ ਜਿਹੇ ਟੁੱਟਲ ਮੋਟਰਸਾਈਕਲ ਲੰਘਾਉਣਾ ਪਊਗਾ ਸ਼ਾਮ ਨੂੰ, ਦੇਖੋ ਕੀ ਬਣਦਾ ਹੈ। दो दिन तक यह सारा पानी रोड साफ हो जूगा, वो रोड नहीं कदम चलता पर ठीक है। माहौल ठीक है सारा, तो बस थोड़ा जहा पानी इधर हो आप देख लेंगे कि बनता रात में, ठीक है। बाकी दुध लेने जाने अज दुध जाके देख लें कि माहौल है। पानी सड़क का बुरा हाल हो गया, पानी का उतर गया इधरों। और हरपाल ठीक है? आ रास्ते मैं जाया करता थी, वो टाँ उत्थों की होके है ना, वो सामने घर जाया करता थी, तू देख सकते हो अज रास्ता भी नहीं पता लगता कितने है, यही रास्ते मैं उत्थे खड़ा थी एक दिन, वो जिथे वो टैंकी बन रही आ सामने वाली टैंकी जी उ खड़ा करता मैं, तो आ देख लो अज रास्ता भी नहीं पता लगता है। डिगिया डुगिया सारिया डुगिया, और मीह का पानी बड़ा गंदा थी, छड़े ही नहीं कुछ, हाल आ गए देख लो जी, बर्बादी है जमा गया सब झोना, और पानी पानी ये डूंगा एरिया बहुत है ना, बहु बुरा हरी है।